ਧਰਨੇ ਚੱਲ ਰਹੇ ਆ ਕਦੇ ਅੱਜ ਤੱਕ ਵਾਲੇ ਨੇ ਉੱਥੇ ਦਿਖਾਇਆ ਜਾ ਕੇ ਕਿਸਾਨ ਸੁਸ਼ਾਂਤ ਰਾਜਪੂਤ ਬਕਾਊ ਚੈਨਲ ਆ ਮੋਦੀ ਦਾ, ਮੋਦੀ ਦਾ ਖਰੀਦਿਆ ਹੋਇਆ ਚੈਨਲ ਆ। ਇਹਨਾਂ ਨੇ ਇੱਕ ਵੀ ਖਬਰ ਅੱਜ ਤੱਕ ਜ਼ਿਮੀਦਾਰਾਂ ਦੀ ਨਹੀਂ ਦਿਖਾਈ ਵੀ ਰੇਲਾਂ ਤੇ ਪਟੜੀਆਂ ਤੇ ਬੈਠੇ ਨੇ, ਸੜਕਾਂ ਤੇ ਬੈਠੇ ਨੇ, ਧਰਨੇ ਲੱਗੇ ਹੋਏ ਨੇ। ਇਹ ਇੱਕ ਜ਼ਿਮੀਦਾਰ ਨੇ ਅਸੀਂ ਅੱਗ ਲਾਈ, ਅਸੀਂ ਲਵਾਈ ਆ, ਅਸੀਂ ਆਪਣੇ ਲੋੜਾਂ ਦੇ ਲਵਾਈ ਜਾਂਦੇ ਆ। ਅਸੀਂ ਉਗਰਾਹਾਂ ਜਥੇਬੰਦੀ ਵੱਲੋਂ ਆਪਣੀ ਜ਼ਿੰਮੇਵਾਰੀ ਅਸੀਂ ਲਵਾਈ ਆ ਇਹ ਅੱਗ। ਜੋ ਪਰਚਾ ਕਰਨਾ ਸਾਡੇ ਤੇ ਹੋਵੇ, ਜਿੰਨਾ ਚਿਰ ਇੱਥੋਂ ਮਾਫ਼ੀ ਨਹੀਂ ਮੰਗਦੇ ਸਾਤੋਂ, ਅਸੀਂ ਇਹਨਾਂ ਨੂੰ ਜਾਣ ਨਹੀਂ ਦਿੰਦੇ। ਅਸੀਂ ਬੰਨੇ ਹੋਏ ਨੇ ਇੱਥੇ ਬਿਠਾ ਲਏ। ਨਹੀਂ ਉਧਰ ਕੈਮਰੇ ਨਹੀਂ ਕਰਦੇ। ਇੱਧਰ ਆਓ ਜੀ, ਇੱਧਰ ਆਓ, ਇੱਧਰ ਗਲਤੀ ਮੰਨੋ, ਤਾਂ ਛੱਡਾਂਗੇ ਨਹੀਂ ਅਸੀਂ, ਚਾਹੇ ਦੋ ਦਿਨ ਲੱਗਣ, ਚਾਰ ਦਿਨ ਲੱਗਣ। ਸਾਡੀ ਜਥੇਬੰਦੀ ਆ ਰਹੀ ਆ ਹੋਰ ਵੀ। ਅਸੀਂ ਜੋ ਵੀਡੀਓ ਬਣਾਈ ਤੀ ਡਿਲੀਟ ਕਰਵਾਈ ਇਹਨਾਂ ਤੋਂ, ਹੁਣ ਇਹ ਗਲਤੀ ਮੰਨ ਰਹੇ ਨੇ, ਤਾਂ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ, ਅਸੀਂ ਛੱਡਦੇ ਨਹੀਂ ਇਹ ਚੈਨਲ ਤੇ। ਇਹ ਚੈਨਲ ਚਾਰ ਦਿਨ ਰੱਖਣਾ ਪਵੇ ਤਾਂ ਡਿਲੀਟ ਵੀ ਆਣਾ, ਇਹ ਬਕਾਊ ਮੀਡੀਆ ਆਪੇ ਸਾਰਾ ਹੈ ਮੋਦੀ ਦਾ। ਅੱਜ ਤੱਕ ਵਾਲੇ ਇੱਕ ਵੀ ਖਬਰ ਇਹਨਾਂ ਨੇ ਕਦੇ ਜ਼ਿਮੀਦਾਰਾਂ ਦੀ, ਇਹ ਟੀਵੀ ਤੇ ਚੱਲਿਆ ਕਦੇ ਖਰਚਾ ਦਰਜ ਹੋ ਗਿਆ। ਮੈਡਮ ਮੈਂ ਇੱਕ ਦਿਖਾ ਦਾ ਤੁਹਾਡਾ, ਇੱਕ ਮਿੰਟ ਮੈਡਮ ਮੈਂ ਦਿਖਾ ਦਾ। ਅੱਜ ਤੱਕ ਵਾਲੇ ਨੇ ਇੱਧਰ ਦੇਖੋ, ਇਹਨਾਂ ਨੂੰ ਜ਼ਿਮੀਦਾਰ ਮਰਦਾ ਨਹੀਂ ਦਿਖਿਆ, ਇਹਨਾਂ ਨੂੰ ਵੀ ਬਰਬਾਦ ਹੋ ਰਿਹਾ ਜ਼ਿਮੀਦਾਰ। ਹੋਰ ਕੀ ਆ, ਪਰ ਸੜਕਾਂ ਤੇ ਬੈਠੇ ਨੇ ਇਹਨਾਂ ਨੂੰ। ਮੈਂ ਠੀਕ ਆ ਬਾਈ ਜੀ, ਲੋੜੇ ਅੱਗੇ ਨਹੀਂ ਗਲਤੀ ਕਰ ਲਿਓ, ਮੇਰੇ ਪਰਮਿਸ਼ਨ ਲੈ ਕੇ ਜਾ। ਸਾਨੂੰ ਕੋਈ ਨਹੀਂ ਕਿਹਾ ਕਿਸੇ ਦਾ ਪਰਚਾ ਵੀ ਹੋ ਜੇ, ਪਰਮਿਸ਼ਨ ਵੀ ਸਾਨੂੰ ਉੱਪਰ ਦੇ ਚਾਹੀਦੀ, ਸਾਡੀ ਪੰਚਾਇਤ ਦੀ ਪਰਮਿਸ਼ਨ ਹੋਣੀ ਚਾਹੀਦੀ, ਸਾਡੇ ਪਿੰਡ ਦੀ ਪੰਚਾਇਤ ਦਾ ਹੋਵੇ ਕਿ ਮਾਫੀ ਮੰਗ ਲਈ। ਮੰਗ ਲਈ ਵੈਸ ਹੋਣਾ ਯਾਰ, ਕਿਤੇ ਲੋ ਪਰਮਿਸ਼ਨ ਆ ਰਹੀ ਹੁਣ ਕਿਤੇ, ਪਰ ਗੱਲ ਕਰ ਪਰਮਿਸ਼ਨ ਵੀ ਆਨੇ ਨੇ ਨਹੀਂ ਕਿਸੇ ਤਾਂ ਬੜਾ ਬੜਾ ਕਿਸੇ ਮਿਲਾ ਦੇ ਉਹਨੂੰ, ਅਸੀਂ ਕਿਸੇ ਨੂੰ ਬੜਾ ਬੜਦੇ ਜਿਹੜਾ ਸਾਡੇ ਅੱਗ ਦੇ ਸਾਹ ਕੋ ਕੁਝ ਅਸੀਂ ਬੜਦੇ, ਜੋ ਵੀ ਅੱਗ ਦੇ ਵਿੱਚ ਸਾਡੇ ਪਿੰਡ ਜਾਓ, ਅਸੀਂ ਬੰਨ ਕੇ ਕੁੱਟਾਂਗੇ, ਅਸੀਂ ਅੱਜ ਮਾਰ ਕੇ ਜਿਹੜਾ ਖੜਾ ਲੱਗਾ ਮਾਰ ਕੇ ਕਰੇਗੇ। ਹਾਂ ਸਾਡੀ ਕੋਈ ਨਹੀਂ ਕਿਸੇ ਬੰਦੇ ਨੂੰ